ਭਾਰਤੀ ਟੀਵੀ ਚੈਨਲਾਂ ਦਾ ਉਹ ਚਿਹਰਾ ਵੀ ਇੱਕ ਅੱਜ ਜਿਹੜਾ ਸਾਹਮਣੇ ਆ ਗਿਆ ਜਿਹੜਾ ਸ਼ਾਇਦ ਛੁਪਾਇਆ ਗਿਆ ਸੀਗਾ ਟੀਆਰਪੀ ਖਰੀਦਣ ਦੀਆਂ ਗੱਲਾਂ ਕੁਝ ਚੈਨਲਾਂ ਵੱਲੋਂ ਇਹ ਬਾਹਰ ਆ ਰਹੀਆਂ ਕੀ ਕਹਿੰਦੇ ਉਹਦੇ ਬਾਰੇ ਜਿਹੜਾ ਪਬਲਿਕ ਟੀਵੀ ਹੈ ਉਹਨਾਂ ਦੇ ਜਿਹੜੇ ਹੈਗੇ ਆਪਣਾ ਉਹਨਾਂ ਨੇ ਜਿਹੜਾ ਇਹਨੂੰ ਡਿਨਾਈ ਕੀਤਾ ਉਹ ਕਹਿੰਦੇ ਕਿ ਸਾਡੇ ਤੇ ਅਲੀਗੇਸ਼ਨ ਤਾਂ ਲਾਏ ਗਏ ਕਿਉਂਕਿ ਅਸੀਂ ਕਮਿਸ਼ਨਰ ਦੀ ਜਿਹੜੀ ਆ ਖੇਚ ਤੂ ਕਾਫੀ ਜ਼ਿਆਦਾ ਕੀਤੀ ਸੀ Uh, मतलब ਆਪਣੇ ਆਪ ਦੇ ਵਿੱਚ মিডিਆ ਦਾ ਇੱਕ ਕਾਲਾ ਦੌਰ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚ ਇਸ ਟਾਈਮ ਚ ਚੱਲ ਰਿਹਾ ਹੈਗਾ ਹੁਣ ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਰਕਾਰ ਕਿੱਧਰਲੇ ਬੰਨੇ ਖੜੀ ਹੈ ਇੱਕ ਫਿਰਕੇ ਨੂੰ ਕਹਿ ਲਈਏ ਜਾਂ ਇੱਕ ਧਰਮ ਨੂੰ ਜਾਂ ਇੱਕ ਜਮਾਤ ਨੂੰ ਜਿਹੜਾ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਇਹ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਇਹ ਸੁਪਰੀਮ ਕੋਰਟ ਕਹਿ ਰਿਹਾ ਜਦੋਂ ਇੱਕ ਚੀਜ਼ बार-बार बार-बार ਤੁਹਾਡੇ ਦਿਮਾਗਾਂ 'ਚ ਪਾਈ ਜਾਏਗੀ ਤੁਸੀਂ ਆਪ ਹੀ ਜਿਹੜਾ ਉਸ ਨੂੰ ਜਿਹੜਾ ਹੈਗਾ ਬਾਅਦ 'ਚ ਮੰਨਣ ਦੇ ਵਿੱਚ ਮਜਬੂਰ ਹੋ ਜਾਓਗੇ ਜਦੋਂ ਚੈਨਲ ਜਾਂ ਰਿਪੋਰਟਰ ਦੂਜਿਆਂ ਚੈਨਲਾਂ ਦੀਆਂ ਟੀਆਰਪੀਆਂ ਨੂੰ ਲੈ ਕੇ ਭਾਰਤ ਦੇ ਵਿੱਚ ਇਦਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਪ੍ਰੋਗਰਾਮ মিডিਆ ਵਾਚ ਲੈ ਕੇ ਇੱਕ ਵਾਰ ਫਿਰ ਹਾਜ਼ਰ ਹੋ ਗਏ ਆ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਖਬਰਾਂ ਦੇ ਉੱਤੇ ਐਨਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਸਾਡੇ ਆਲੇ ਦੁਆਲੇ ਇਸ ਵੇਲੇ ਭਾਕਦੇ ਹੋਏ ਮਸਲੇ ਹੋਣ ਜਾਂ ਚਰਚਾ ਦਾ ਵਿਸ਼ਾ ਬਣੇ ਹੋਣ ਮਸਲਾ ਚਾਹੇ ਧਰਮ ਦਾ ਹੋਵੇ ਚਾਹੇ ਰਾਜਨੀਤੀ ਦਾ ਜਾਂ ਫਿਰ ਸੋਸ਼ਲ ਯਾਨੀ ਕਿ ਸਮਾਜਿਕ ਕੋ ਮਸਲਾ ਕੋਈ ਵੀ ਹੋਵੇ ਹਰ ਇੱਕ ਮਸਲੇ ਦੇ ਉੱਤੇ ਚਾਤ ਪਾਉਨੇ ਆ ਤੇ ਆਪਣੇ ਦਰਸ਼ਕਾਂ ਨੂੰ ਸਹੀ ਖਬਰ ਜਿਹੜੀ ਹੈ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਅੱਜ ਜ਼ਬਾਨਾ ਜਿਹੜਾ ਹੈ ਜੀ ਉੱਥੇ ਤੱਕ ਪਹੁੰਚ ਗਿਆ ਜਦੋਂ ਟੀਆਰਪੀ ਖਰੀਦੀਆਂ ਜਾਂਦੀਆਂ ਨੇ ਸੋ ਅਕਾਲ ਚੈਨਲ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਕੇ ਆਪ ਜੀ ਨੂੰ ਅਸਲ ਜੋ ਹੈ ਵਾਕਿਆਤ ਉਹਦੇ ਨਾਲ ਜੋੜਦਾ ਸੋ ਖਬਰਾਂ ਦਾ ਸਿਲਸਲਾ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਸ਼ਰਧਾਂਜਲੀ ਭੇਟ ਕਰਨੀ ਹੈ ਜੀ ਆਪਾਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਅਗਿਆਨੀ ਸੁਖਜਿੰਦਰ ਸਿੰਘ ਜੀ ਪਿਛਲੇ ਦਿਨੀ ਅਕਾਲ ਚ ਲੈਣਾ ਕਰ ਗਏ ਨੇ ਅਕਾਲਪੁਰਖ ਵੱਲੋਂ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਮਾੜਦੇ ਹੋਏ ਸੋ ਆਪਾਂ ਇਸ ਤੋਂ ਹੀ ਸ਼ੁਰੂਆਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਐਨਲਾਈਜ਼ ਕਰਨ ਵਾਸਤੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਰਦੇ ਹਾਂ ਫਤਿਹ ਦੀ ਸਾਂਝ ਪਾਉਨੇ ਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਸੁਖਜਿੰਦਰ ਸਿੰਘ ਜੀ ਇੱਕ ਐਸੀ ਰੂਹ ਸੀ ਜਿਨ੍ਹਾਂ ਨੂੰ ਹਰ ਇੱਕ ਦਿਲ ਨੂੰ ਦੁੱਖ ਪਹਚਾ ਕੇ ਉਹ ਗਏ ਨੇ ਹਰ ਕੋਈ ਹਿਰਦਾ ਦੁਖੀ ਹੈ ਅੱਜ ਕੀ ਸਮਝਦੇ ਹਾਂ ਅ ਬਿਲਕੁਲ ਜੀ ਸਿੰਘ ਸਾਹਿਬ ਸੁਖਜਿੰਦਰ ਸਿੰਘ ਹੁਣ ਆਪਾਂ ਕਹਿ ਸਕਦੇ ਹਾਂ ਕਿ ਕਲੀਨ ਚੇਰਾ ਨਾਰਮਲੀ ਇਹ ਹੁੰਦਾ ਕਿ ਜਦੋਂ ਆਪਾਂ ਦੇਖਿਆ ਨਾ ਕਿ ਜਦੋਂ ਉਸ ਹਸਤੀ ਦੇ ਜਾਂ ਉਸ ادارے ਦੇ ਵਿੱਚ ਕੋਈ ਚੱਲ ਜਾਂਦਾ ਤਾਂ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਉਹਨਾਂ ਤੇ ਅਲੀਗੇਸ਼ਨ ਵਗੈਰਾ ਜਾਂ ਕੁਝ ਨਾ ਕੁਝ ਲੱਗ ਜਾਂਦਾ ਹੈ ਪਰ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਸੱਚੀ ਸੁੱਚੀ ਰੂਹ ਯੂਕੇ ਦੇ ਵਿੱਚ ਵੀ ਖਾਸ ਕਰਕੇ ਸੰਗਤਾਂ ਨੂੰ ਪਤਾ ਹੋਵੇਗਾ ਕਿ ਲੰਬੇ ਸਮੇਂ ਤੋਂ ਹੀ ਸਿੰਘ ਸਾਹਿਬ ਇੱਥੇ ਆਉਂਦੇ ਰਹੇ ਨੇ ਜਿਵੇਂ ਕਿ ਆਪਣੇ ਅਕਾਲ ਚੈਨਲ ਤੇ ਵੀ ਜਦੋਂ ਹੈਗਾ ਚਾਹੇ ਅਰੰਭਤਾ ਦੀ ਅਰਦਾਸ ਹੋਵੇ ਜਾਂ ਉਹਨਾਂ ਵੱਲੋਂ ਖਾਸ ਕਰਕੇ ਜਿਹੜਾ 52 ਹੁਕਮ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹਨਾਂ ਦੇ ਉੱਤੇ ਉਹਨਾਂ ਵੱਲੋਂ ਕਥਾ ਕੀਤੀ ਗਈ ਉਚੇਚੇ ਤੌਰ ਤੇ ਆਪਣੇ ਜਦੋਂ ਚੈਨਲ 2014 ਚ ਸ਼ੁਰੂ ਹੀ ਹੋਇਆ ਸੀ ਉਦੋਂ ਜਿੱਦਾਂ ਉਹ ਉਦੋਂ ਵੀ ਆਉਂਦੇ ਰਹੇ ਫਿਰ ਸੈਚ WhatsApp ਤੇ ਵੀ ਉਹਨਾਂ ਨੇ ਆਪ ਆ ਕੇ ਅਰਦਾਸ ਕੀਤੀ ਬਹੁਤ ਸਾਰਾ ਜਿੱਦਾਂ ਕਿਉਂਕਿ ਸਾਨੂੰ ਲੱਗਦਾ ਨਾ ਕਿ ਸਾਡਾ ਇੱਕ ਪਰਿਵਾਰਕ ਮੈਂਬਰ ਨਹੀਂ ਹੁੰਦਾ ਜਿੱਦਾਂ ਉਹ ਸਾਡੇ ਕੋਲੋਂ ਦੂਰ ਹੋ ਗਿਆ ਤੇ ਬਿਲਕੁਲ ਜੀ ਤੇ ਅਸੀਂ ਕਿਉਂਕਿ ਜਿੰਨੇ ਗੁਰੂ ਮਹਾਰਾਜ ਨੇ ਜਿੰਨੇ ਉਸ ਅਕਾਲ ਪੁਰਖ ਨੇ ਸਵਾਸ ਬਖਸ਼ੇ ਹੁੰਦੇ ਨੇ ਹਰੇਕ ਨੂੰ ਉਹਨੇ ਹੀ ਸਵਾਸ ਅਸੀ ਲੈਣੇ ਹੁੰਦੇ ਨੇ ਪਰ ਇਹ ਹੈ ਕਿ ਜਾਣ ਦਾ ਦੁੱਖ ਜ਼ਰੂਰ ਹੁੰਦਾ ਹੈ ਇੱਕ ਚੰਗੀ ਰੂਹ ਸਾਨੂੰ ਇੱਕ ਸਿੱਖਿਆ ਦੇ ਕੇ ਜਾਂਦੀ ਹੈ ਕਿ ਉਹ ਸਾਡੇ ਲਈ ਹਮੇਸ਼ਾ ਚਾਨਣ ਮਨਾਰੇ ਦੀ ਤਰ੍ਹਾਂ ਰਹਿਣਗੇ ਕਿ ਉਸ ਜਗ੍ਹਾ ਤੇ ਰਹਿੰਦੇ ਹੋਏ ਵੀ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਚੰਗੇ ਕੰਮ ਕੀਤੇ ਨੇ ਤੇ ਇਹ ਦਰਸ਼ਕਾਂ ਨੂੰ ਵੀ ਆਪਾਂ ਦੱਸਦੇ ਚੱਲੀਏ ਕਿ ਪਿਛਲੇ ਜੇ ਆਪਾਂ ਕਹਿ ਲਈਏ ਕਿ तकरीबन 1 ਸਾਲ ਦੇ ਸਮੇਂ ਤੋਂ ਇਦਾਂ ਦੀਆਂ ਜਿਹੜੀਆਂ ਰੂਹਾਂ ਨੇ ਜਿਹਦੇ ਵਿੱਚ ਭਾਈ ਬਲਬੀਰ ਸਿੰਘ ਜੀ ਜੋ ਕਿ ਹਜ਼ੂਰੀ ਰਾਗੀ ਸਨ ਭਾਈ ਹਰਨਾਮ ਸਿੰਘ ਜੀ ਫਿਰ ਉਸ ਤੋਂ ਬਾਅਦ ਭਾਈ ਨਿਰਮਲ ਸਿੰਘ ਜੀ ਜਿਹੜੇ ਕਿ ਪਦਮਸ਼ਰੀ ਤੇ ਫਿਰ ਉਸ ਤੋਂ ਬਾਅਦ ਸੁਰਿੰਦਰ ਸਿੰਘ ਜੀ ਇਹ ਵੀ ਉਥੇ ਸੇਵਾ ਕਰਦੇ ਸਨ ਇਹਨਾਂ ਨੂੰ ਸੁਰੇਂਦਰ ਸਿੰਘ ਰਮਾਲਿਆਂ ਵਾਲੇ ਕਿਹਾ ਜਾਂਦਾ ਹੈ ਅੱਛਾ ਤੇ ਇਹ ਜਿਹੜੀਆਂ ਰੂਹਾਂ ਨੇ ਇਹਨਾਂ ਨੇ ਜਿੱਦਾਂ ਕਿ ਇਹ ਕਿ ਸੇਵਾ ਕਰਨ ਵਾਲੀਆਂ ਜਿਹੜੀਆਂ ਰੂਹਾਂ ਨੇ ਇਹ ਸਾਡੇ ਕੋਲੋਂ ਵਿਛੋੜਾ ਪਾ ਗਈਆਂ ਨੇ ਤੇ ਪੰਜਵੇਂ ਜਿਹੜੇ ਹੈਗੇ ਸਿੰਘ ਸਾਹਿਬ ਸੁਖਜਿੰਦਰ ਸਿੰਘ ਜੀ ਤੇ ਅਸੀਂ ਇੱਕ ਵਾਰੀ ਸਾਰਿਆਂ ਨੂੰ ਹੀ ਜਿਹੜਾ ਯਾਦ ਕਰਦੇ ਹਾਂ ਸ਼ਰਧਾਂ ਦੇ ਫੁੱਲ ਭੇਟ ਕਰਦੇ ਹਾਂ ਹੂੰ ਤੇ ਸੰਗਤਾ ਵੱਲੋਂ ਵੀ ਇਹੀ ਕਾਵਾਂਗੇ ਕਿ ਇਹਨਾਂ ਦੇ ਜੀਵਨ ਤੋਂ ਆਪਾਂ ਸੇਧ ਲੈਣੀ ਹੈ ਇਹਨਾਂ ਦੇ ਜੀਵਨ ਤੋਂ ਆਪਾਂ ਸਿੱਖਣਾ ਹੈ ਔਰ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ ਕਿ ਕੀ ਆਪਾਂ ਇਹਨਾਂ ਤੋਂ ਸਿੱਖ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਆਕਾਲ ਚੈਨਲ ਦੀ ਹਰ ਇੱਕ ਐਨੀਵਰਸਰੀ ਦੇ ਉੱਤੇ ਉਹਨਾਂ ਵੱਲੋਂ ਆਪਣੇ ਵੱਲੋਂ ਵਿਸ਼ੇਸ਼ ਜਿਹੜੀਆਂ ਹੈ ਸ਼ੁਭ ਕਾਮਨਾਵਾਂ ਵੀ ਭੇਜੀਆਂ ਜਾਂਦੀਆਂ ਰਹੀਆਂ ਤੇ ਇੰਟਰਨੈਟ ਦੇ ਉੱਤੇ ਕੁਝ ਤਸਵੀਰਾਂ ਵਾਇਰਲ ਨੇ ਜਿਹਦੇ ਬਾਰੇ ਨੌਜਵਾਨ ਗੱਲ ਕਰਦੇ ਨੇ ਇੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤਸਵੀਰ ਜਿਹੜੀ ਹੈ ਬਹੁਤ ਹੀ ਖਿੱਚਵੀਂ ਹੈ ਦਿਲ ਖਿੱਚਵੀਂ ਜੋ ਕਿ ਸ਼੍ਰੀ ਦਰਬਾਰ ਸਾਹਿਬ ਪਰਕਰਮਾ ਦੇ ਵਿੱਚ ਖਚਾਈ ਹੋ ਸੋ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਜੀ ਜਗਜੀਤ ਸਿੰਘ ਜੀ ਹੁਣ ਗੱਲ ਕਰਨੀ ਆ ਆਪਾਂ ਉਸ ਗੰਭੀਰ ਮਸਲੇ ਦੇ ਉੱਤੇ ਜਿਹਨੂੰ ਆਪਾਂ ਲੈ ਕੇ ਗੱਲਾਂ ਤਾਂ ਬਹੁਤ ਦੂਰ ਦੇਰ ਤੋਂ ਕਰਦੇ ਆ ਰਹੇ ਆਂ ਭਾਰਤੀ ਟੀਵੀ ਚੈਨਲਾਂ ਦਾ ਉਹ ਚਿਹਰਾ ਵੀ ਇੱਕ ਅੱਜ ਜਿਹੜਾ ਸਾਹਮਣੇ ਆ ਗਿਆ ਜਿਹੜਾ ਸ਼ਾਇਦ ਛੁਪਾਇਆ ਗਿਆ ਸੀਗਾ ਆਪਾਂ ਇਹ ਤਾਂ ਕਹਿ ਦਿੱਤਾ ਵੀ ਸਰਕਾਰੀ ਨੇ ਚੈਨਲ ਜਾਂ ਉਹਨਾਂ ਦੀ ਗੱਲ ਕਰਦੇ ਆ ਬਹੁਤ ਸਾਰਾ ਜੋ ਬਕਵਾਸ ਬਾਜੀ ਸ਼ਬਦ ਮੈਂ ਵਰਤਾਂਗਾ ਸੋ ਕੀਤੀ ਜਾਂਦੀ ਹੈ ਹੁਣ ਮਸਲਾ ਇਹ ਆਇਆ ਵੀ ਕੁਝ 17 ਦਾ ਭਾਂਡਾ ਫੋਰਡ ਹੋਇਆ ਵੀ ਟੀਆਰਪੀ ਖਰੀਦਣ ਦੀਆਂ ਗੱਲਾਂ ਕੁਝ ਚੈਨਲਾਂ ਵੱਲੋਂ ਇਹ ਬਾਹਰ ਆ ਰਹੀਆਂ ਕੀ ਕਹਿੰਨੇ ਹੋ ਉਹਦੇ ਬਾਰੇ ਬਿਲਕੁਲ ਜੀ ਤੇ ਮਹਾਰਾਸ਼ਟਰ ਦੀ ਹੈਗੀ ਆ ਖਾਸ ਕਰਕੇ ਖਬਰ ਔਰ ਉਸ ਦੇ ਵਿੱਚ ਕਮਿਸ਼ਨਰ ਨੇ ਆਪ ਜਿਹੜੀ ਆ ਪ੍ਰੈਸ ਕਾਨਫਰੰਸ ਕਰਕੇ ਉਹਨੇ ਸਾਰਾ ਇਹ ਚੀਜ਼ ਦੇ ਉਜਾਗਰ ਕੀਤਾ ਵੀਰ ਸਿੰਘ ਹੈਗਾ ਕਮਿਸ਼ਨਰ ਦਾ ਨਾਮ ਤੇ ਉਹਨਾਂ ਨੇ ਜਿਹੜਾ ਕਿਹਾ ਕਿ ਇੱਕ ਤਾਂ ਉਹਨਾਂ ਨੇ ਰਿਪਬਲਿਕ ਟੀਵੀ ਦਾ ਉਹਨਾਂ ਨੇ ਨਾਮ ਲਿਆ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਦੋ ਜਿਹੜੇ ਉੱਥੋਂ ਦੇ ਲੋਕਲ ਮਰਾਠੀ ਚੈਨਲ ਸੀ ਉਹਨਾਂ ਦਾ ਜਿਹੜਾ ਨਾਮ ਲਿਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੋਨਾਂ ਦੇ ਜਿਹੜੇ ਹੈਗੇ ਮਾਲਕ ਕੇ ਲਈਏ ਜਾਂ ਮੈਨੇਜਿੰਗ ਡਾਇਰੈਕਟਰ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੋਇਆ ਔਰ ਰਿਪਬਲਿਕ ਵਾਲਿਆਂ ਦੀ ਜਿਹੜੀ ਹੈਗੀ ਆ ਇਹਨਾਂ ਦੀ ਪੁਸ਼ਤਾਚ ਬੰਨੇ ਜਿਹੜਾ ਰਿਪਬਲਿਕ ਟੀਵੀ ਹੈ ਉਹਨਾਂ ਦੇ ਜਿਹੜੇ ਹੈਗੇ ਆਪਣਾ ਉਹਨਾਂ ਨੇ ਜਿਹੜਾ ਇਹਨੂੰ ਡਿਨਾਈ ਕੀਤਾ ਉਹ ਕਹਿੰਦੇ ਕਿ ਸਾਡੇ ਤੇ ਅਲੀਗੇਸ਼ਨ ਤਾਂ ਲਾਏ ਗਏ ਕਿਉਂਕਿ ਅਸੀਂ ਕਮਿਸ਼ਨਰ ਦੀ ਜਿਹੜੀ ਆ ਖੇਚ ਤੋਂ ਕਾਫੀ ਜ਼ਿਆਦਾ ਕੀਤੀ ਸੀ ਰੀਆ ਚੱਕਰਵਤੀ ਤੇ ਦੂਜੇ ਮਸਲੇ ਦੇ ਸੁਸ਼ਾਨ ਸਿੰਘ ਵਾਲੇ ਮਸਲੇ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਬਿਲਕੁਲ ਹੀ ਜਿਹੜਾ ਹੈਗਾ ਇਹਨੂੰ ਡਿਨਾਈ ਕੀਤਾ ਹੈਗਾ ਤੇ ਦੂਸਰੇ ਬੰਨੇ ਜੇ ਪਾਜੀ ਇਹਦੀ ਥੋੜੀ ਬੈਕਗ੍ਰਾਉਂਡ ਦੇਖਣੀ ਪਵੇਗੀ ਕਿ ਟੀਆਰਪੀ ਹੁੰਦਾ ਕੀ ਆ ਬਿਲਕੁਲ ਬਿਲਕੁਲ ਬੇਸਿਕਲੀ ਕੀ ਹੈ ਕਿ ਟੀਆਰਪੀ ਦੇ ਨਾਲ ਇਹ ਪਤਾ ਲੱਗਦਾ ਹੈਗਾ ਸਾਨੂੰ ਕਿ ਕਿਹੜਾ ਚੈਨਲ ਦਾ ਕਿਹੜਾ ਪ੍ਰੋਗਰਾ अच्छा इस ਦੇ ਉੱਤੇ ਇੱਕ ਰਿਪੋਰਟਿੰਗ ਹੁੰਦੀ ਆ तकरीबन 40 ਤੋਂ 44000 ਜਿਹੜੇ ਪੀਪਲ ਮੀਟਰ ਇਹਨੂੰ ਕਹਿੰਦੇ ਹੈਗੇ ਆ ਮੀਟਰ ਰੀਟਿੰਗ ਰੇਟਿੰਗ ਮੀਟਰ ਜਿਹੜੇ ਇਹਨੂੰ ਕਿਹਾ ਜਾਂਦਾ ਹੈ ਇਹ ਜਿਹੜੇ ਲੱਗੇ ਹੋਇਆ ਪੂਰੇ ਭਾਰਤ ਦੇ ਵਿੱਚ اچھا ਠੀਕ ਹੈ ਤੇ ਇਹਨਾਂ ਦੇ ਲਈ ਫਿਰ ਜਿਹੜੀ ਐਵਰੇਜ ਉਹ ਕੱਢੀ ਜਾਂਦੀ ਹੈ तकरीबन ਜਿਹੜਾ 1 ਮੀਟਰ ਹੈਗਾ ਉਹ 21000 ਲੋਕਾਂ ਦਾ ਆਪਾਂ ਕਹਿ ਸਕਦੇ ਹਾਂ ਕੰਪਾਈਲੇਸ਼ਨ ਆ ਠੀਕ ਹੈ ਕਿ ਜੇ 1 ਮੀਟਰ ਤੋਂ ਜਿੰਨੇ ਜਿੰਨੇ ਮਿੰਟ ਟੀਵੀ ਦੇਖਿਆ ਉਹਨੂੰ 21000 ਨਾਲ ਮਲਟੀਪਲਾਈ ਕਰਕੇ ਤੇ ਉਹਦੀ ਜਿਹੜੀ ਤੁਹਾਡੇ ਸਾਹਮਣੇ ਐਵਰੇਜ ਆਪਦੀ ਰੱਖ ਦਿੱਤੀ ਜਾਊਗੀ ਠੀਕ ਹੈ ਤੇ ਹੁਣ ਇਸ ਇੰਡਸਟਰੀ ਜੇ ਆਪਾਂ ਦੇਖੀਏ ਕਿ ਤਕਰੀਬਨ ਜਿਹੜੇ 18 ਤੋਂ 20% ਜਿਹੜੇ ਹਿੰਦੀ ਨਿਊਜ਼ ਚੈਨਲ ਜਿਹੜੇ ਹਨ ਉਹਨਾਂ ਦੀ ਜਿਹੜੀ ਲੋਕ ਜਿਹੜੇ ਦੇਖਦੇ ਹੈਗੇ ਆ ਹਮ ਹਮ ਜਾਦਾ ਐਂਟਰਟੇਨਮੈਂਟ ਜਾਂ ਫਿਲਮਾਂ ਵਗੈਰਾ ਦੇਖਦੇ ਉਸ ਦੇ ਵਿੱਚ ਉਹਦਾ ਵੱਡਾ ਦਾਇਰਾ ਹੈਗਾ ਥੋੜਾ ਜਿਹਾ 50% ਪਰ ਜਿਹੜਾ ਨਿਊਜ਼ ਚੈਨਲਾਂ ਦਾ ਨਾ ਇਹ ਇੰਨਾ ਦਾਇਰਾ ਹੈਗਾ ਅੱਛਾ ਤੇ ਇਸ ਨੂੰ ਇਸ ਤੋਂ ਬਾਅਦ ਜਿਹੜੀ ਇਹਨਾਂ ਦੇ ਵਿੱਚ ਹੋੜ ਲੱਗ ਜਾਂਦੀ ਆ ਹੁਣ ਜਦੋਂ ਮੀਡੀਆ ਦੇ ਵਿੱਚ ਇੱਕ ਦੂਜੇ ਦਾ ਨਾਂ ਲੈ ਕੇ ਜੀ ਜਿਹੜੀ ਉਹ ਹੋੜ ਲੱਗਦੀ ਆ ਨਾ ਉਸ ਹੋੜ ਚੋਂ ਫੇਰੇ ਜਿਹੜੀ ਕ腐ਸ਼ਨ ਸਾਹਮਣੇ ਆਈ ਆ ਓਕੇ ਇਹਨਾਂ ਨੇ ਕੀਤਾ ਕੀ ਹੈਗਾ ਕਿ ਉਹ ਜਿਨ੍ਹਾਂ ਲੋਕਾਂ ਦੇ ਕੋਲ ਬਕਸੇ ਸੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਰਿਸ਼ਵਤ ਵਗੈਰਾ ਦੇਤੀ ਜਾਂ ਉਹਨਾਂ ਤੋਂ ਉਹ ਚੀਜ਼ਾਂ ਕਿ ਉਹ ਸਿਰਫ ਉਹੀ ਚੈਨਲ ਦੇਖਣ ਠੀਕ ਹੈ ਠੀਕ ਹੈ ਠੀਕ ਹੈ ਉਹਦੇ ਨਾਲ ਉਹਨਾਂ ਦੀ ਰੇਟਿੰਗ ਆਪਣੇ ਆਪ ਉੱਪਰ ਚਲੇਗੀ ਬਿਲਕੁਲ ਬਿਲਕੁਲ ਫਿਰ ਉਸ ਤੋਂ ਬਾਅਦ ਕੀ ਹੈ ਕਿ ਇੱਕ ਦੂਜੇ ਮੀਡੀਆ ਤੇ ਲਾਲਚਨ ਲਾਇਆ ਜਾਂਦਾ ਹੈ ਦਾ ਜਿਹੜਾ ਜੜ ਹੈਗੀ ਹੈ ਮਸਲੇ ਦੀ ਉਹ ਇਹ ਹੈਗੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਇਹ ਮਸਲਾ ਜਿਹੜਾ ਇੰਨਾ ਜ਼ਿਆਦਾ ਗੰਭੀਰ ਹੋ ਗਿਆ ਕਿ ਸਪੈਸ਼ਲੀ ਤੁਹਾਨੂੰ ਪਤਾ ਕਿ ਕਮਿਸ਼ਨਰ ਆਪ ਆ ਕੇ ਪ੍ਰੈਸ ਕਾਨਫਰੰਸ ਕਰਦਾ ਰੈਸਕ ਹੁੰਦੀ ਹੈ ਮਤਲਬ ਆਪਣੇ ਆਪ ਦੇ ਵਿੱਚ ਮੀਡੀਆ ਦਾ ਇੱਕ ਕਾਲਾ ਦੌਰ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚ ਇਸ ਟਾਈਮ ਵੀ ਚੱਲ ਰਿਹਾ ਹੈਗਾ ਸ਼ੁਰੂ ਹੋ ਚੁੱਕਾ ਤੇ ਕੁਝ ਸਾਲ ਵੀ ਬੀਤ ਚੁੱਕੇ ਨੇ ਆਪਾਂ ਇਹ ਕਹਿ ਸਕਦੇ ਹਾਂ ਅੱਜ ਭਾਰ ਪੀ 150 ਤੋਂ ਉੱਪਰਲਾ ਨੰਬਰ ਜੇ ਵਰਲਡਵਾਈਡ ਗੱਲ ਕਰੀਏ ਤਾਂ 150 ਤੋਂ ਅੱਗੇ ਦੀ ਜਿਹੜੀ ਉਹਦੀ ਗੱਲ ਹੁੰਦੀ ਹੈ ਵੀ ਇਹ ਇੰਨਾ ਪਿੱਛੇ ਪੈ ਚੁੱਕਿਆ ਸੋ ਕਿਵੇਂ ਹੁੰਦਾ ਕਦੀ ਗੋਦੀ মিডিਆ ਕਿਹਾ ਜਾਂਦਾ ਕਦੇ ਵਿਕਾਊ মিডিਆ ਕਿਹਾ ਜਾਂਦਾ ਐਂਕਰਸ ਨੂੰ ਅੱਜ ਇੱਥੋਂ ਤੱਕ ਸਵਾਲ ਕਿਉਂਕਿ ਉਹਨਾਂ ਦੀ ਆਪਣੀ ਜਿਹੜੀ ਹੈ ਜ਼ੁਬਾਨ ਜਿਹੜੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਚੱਲਦੀ ਹੈ ਜਿਹੜੇ ਉਹਨਾਂ ਦੇ ਨਾਲ ਪੈਨਲਿਸਟ ਬੈਠੇ ਹੁੰਦੇ ਨੇ ਉਹਨਾਂ ਦੇ ਨਾਲ ਕਿਵੇਂ ਉਹ ਖਿੱਚਤੂ ਹੁੰਦੀ ਹੈ ਆਪਾਂ ਅੱਜ ਦੇਖ ਸਕਦੇ ਹਾਂ ਸੋ ਦੁਨੀਆਂ ਦੇ ਵਿੱਚ ਬਹੁਤ ਸਾਰੇ ਦੇਸ਼ ਨੇ ਵੱਡੇ ਵੱਡੇ ਚੈਨਲਸ ਚੱਲਦੇ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਸੋ ਜਗਜੀਤ ਸਿੰਘ ਜੀ ਠੀਕ ਹੈ ਟੀਆਰਪੀ ਫੜੀ ਗਈ ਹੈ ਕੁਝ ਐਸੇ ਚੈਨਲਾਂ ਦੀ ਫੜੀ ਹੋ ਸਕਦੀ ਹੈ ਵੀ ਜਿਹੜੇ ਸਰਕਾਰ ਦੇ ਕਹਿਣੇ ਵਿੱਚ ਨਹੀਂ ਸੀ ਜਾਂ ਫਿਰ ਕੁਝ ਉਸ ਤਰ੍ਹਾਂ ਦਾ ਪ੍ਰੋਪਾਗੈਂਡਾ ਉਹਨਾਂ ਨੇ ਕੀਤਾ ਜੋ ਸਰਕਾਰ ਨੂੰ ਵਾਜਿਬ ਨਹੀਂ ਲੱਗਿਆ ਉਹਨਾਂ ਦੀ ਟੀਆਰਪੀ ਫੜ ਲਈ ਪਰ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਵੀ ਸਰਕਾਰ ਵੀ ਕਿਸੇ ਚੈਨਲ ਦੇ ਪਿੱਛੇ ਹੈ ਵੀ ਜਿਹੜੀ ਇਹ ਸਾਰਾ ਕੁਝ ਕਰਦੀ ਹੈ ਕਿਉਂਕਿ ਆਪਾਂ ਗੋਦੀ ਮੀਡੀਆ ਜਾਂ ਵਕਾਊ ਮੀਡੀਆ ਸਰਕਾਰਾਂ ਦੇ ਹਿੱਤ ਵਿੱਚ ਚੱਲਣਾ ਇਹ ਗੁਲਾਮ ਸੁਣਦੇ ਰਹਿੰਦੇ ਨੇ ਤੁਹਾਨੂੰ ਕੀ ਲੱਗਦਾ ਵੀ ਸਰਕਾਰਾਂ ਵੀ ਹੈਂਡਲ ਕਰਦੀਆਂ ਮੀਡੀਆ ਨੂੰ ਦੇਖੋ ਦਲਜੀਤ ਸਿੰਘ ਜੀ ਇੱਥੇ ਆਪਾਂ ਜਦੋਂ ਗੱਲ ਮੀਡੀਆ ਦੀ ਕਰਦੇ ਹਾਂ ਤਾਂ ਸਾਨੂੰ ਮੀਡੀਆ ਰਿਪੋਰਟਸ ਨੂੰ ਐਨਾਲਾਈਜ਼ ਕਰਨਾ ਹੁੰਦਾ ਤੇ ਬਾਕੀ ਦਰਸ਼ਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਕੀ ਸਰਕਾਰਾਂ ਹੱਕ ਵਿੱਚ ਚੱਲਦੀਆਂ ਜਾਂ ਨਹੀਂ ਜਦੋਂ ਇਹ ਘਟਨਾ ਵਾਪਰਦੀ ਆ ਰਿਪਬਲਿਕ ਵਾਲਿਆਂ ਦੇ ਉੱਤੇ ਇਹ ਗੱਲ ਹੁੰਦੀ ਹੈ ਤੇ ਉਸ ਤੋਂ ਇੱਕ ਦੋ ਦਿਨ ਬਾਅ ਹੈਗੇ ਆ ਮੰਤਰੀ ਹੈਗੇ ਆ ਉਹਨਾਂ ਵੱਲੋਂ ਟਵੀਟ ਕੀਤਾ ਜਾਂਦਾ ਉਹਨਾਂ ਨੇ ਕਿਹਾ ਕਿ ਡੈਮੋਕ੍ਰੇਸੀ ਦੇ ਵਿੱਚ ਫ੍ਰੀ ਪ੍ਰੈਸ ਦੀ ਜਿਹੜੀ ਆਜ਼ਾਦੀ ਹੁੰਦੀ ਹੈ ਤੇ ਉਸ ਆਜ਼ਾਦੀ ਤੇ ਜਿਹੜਾ ਹਮਲਾ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਕਾਂਗਰਸ ਅਤੇ ਉਸ ਦੇ ਜਿਹੜੀਆਂ ਅਲਾਈ ਪਾਰਟੀਆਂ ਨੇ ਉਹਨਾਂ ਦਾ ਕੰਮ ਆ ਔਰ ਉਹਨਾਂ ਦਾ ਪ੍ਰੋਪਗੈਂਡਾ ਇਹ ਰਿਹਾ ਹੈਗਾ ਇਹ ਉਹਨਾਂ ਨੇ ਟਵੀਟ ਕਰਕੇ ਦੱਸਿਆ ਹੈਗਾ ਹੁਣ ਉਹ ਗੱਲ ਕਰ ਰਿਹਾ ਮਹਾਰਾਸ਼ਟਰ ਦੀ ਕਿ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਦੀ ਜਾਂ ਕਹੇ ਲੋ ਕਿ ਸ਼ਿਵਸ ਇਹਨਾਂ ਦੀ ਸਰਕਾਰ ਆ ਕਾਂਗਰਸ ਉਹਨਾਂ ਦੀ ਅਲਾਈ ਹੈਗੀ ਆ ਤੇ ਸਿੱਧਾ ਉਹਨਾਂ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ ਔਰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੇ ਇਸ ਟਵੀ ਬਾਤ ਦੇ ਰਹੇ ਨੇ ਦੂਜਾ ਹੈਗੇ ਆ ਜੇਪੀ ਨੱਡਾ ਜੀ ਜਿਹੜੇ ਕਿ ਬੀਜੇਪੀ ਦੇ ਆਪਾਂ ਕਹਿ ਲਈਏ ਕਿ ਐਸ ਤਾਈ ਮੁੱਖ ਕਰਤਾ ਧਰਤਾ ਨਹੀਂ ਕਿਉਂਕਿ ਉਹਨਾਂ ਨੂੰ ਜਿਹੜਾ ਇੰਚਾਰਜ ਉਹਨਾਂ ਦਾ ਬਣਾਇਆ ਹੋਇਆ ਉਹਨਾਂ ਨੇ ਵੀ ਕੁਝ ਇਹ ਜਾਈ ਉਹਨਾਂ ਨੇ ਕਿਹਾ ਕਿ ਮੀਡੀਆ ਇੱਕ ਤਰ੍ਹਾਂ ਦਾ ਮੈਸੇਂਜਰ ਹੁੰਦਾ ਹੈ ਤੇ ਮੈਸੇਂਜਰ ਦੇ ਉੱਤੇ ਜਿਹੜਾ ਹਮਲਾ ਕਰਨਾ ਇਹ ਕਾਫੀ ਜਿਆਦਾ ਖਤਰਨਾਕ ਹੈ ਕਾਂਗਰਸ ਦੀ ਇੱਕ ਕਲਾ ਰਹੀ ਹੈ ਇੰਗਲਿਸ਼ ਦੇ ਵਿੱਚ ਇਟਸ ਏਕ ਆਰਟ ਹੈ ਔਰ ਇਹ ਕਾਂਗਰਸ ਵੱਲੋਂ ਕੀਤਾ ਗਿਆ ਔਰ ਫਿਰ ਉਸ ਦਿਨ ਨੇ ਕਿਹਾ ਕਿ ਦੇਸ਼ ਦੇ ਲੋਕ ਜਿਹੜੇ ਆ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਹੁਣ ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਰਕਾਰ ਕਿੱਧਰਲੇ ਬੰਨੇ ਖੜੀ ਹੈ ਇਹ ਸਰਕਾਰ ਦੇ ਹੱਥੋਂ ਹੱਥ ਦੋ ਟਵੀਟ ਜਿਹੜੇ ਆ ਜਾਂਦੇ ਨੇ ਇਸ ਤਰੀਕੇ ਦੀਆਂ ਕ ਭਈ ਆ ਜਾਂਦੀਆਂ ਨੇ ਤੇ ਫਿਰ ਆਪਣੇ ਆਪ ਹੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਸਰਕਾਰ ਉਧਰਲੇ ਬੰਨੇ ਖੜੀ ਹੈ ਜਾਂ ਇਸ ਦਾ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪੋਲੀਟੀਕਲਾਈਜ਼ੇਸ਼ਨ ਜਿਹੜਾ ਪੋਲਿਟਿਕਸ ਹੈ ਦੇ ਵਿੱਚ ਵੀ ਖੇਟੀ ਜਾ ਰਹੀ ਹੈ ਬਿਲਕੁਲ ਬਿਲਕੁਲ ਚੋਣਾਂ ਦੇ ਵਿੱਚ ਵੀ ਫਾਇਦਾ ਲਿਆ ਜਾਂਦਾ ਸਰਕਾਰ ਦੀਆਂ ਮਾਰੂ ਨੀਤੀਆਂ ਛਪਾਉਣ ਵਾਸਤੇ ਵੀ ਮੀਡੀਆ ਦਾ ਸਾਥ ਲਿਆ ਜਾਂਦਾ ਅੱਜ ਇਹ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਸਿਰਫ ਉਹ ਲੋਕ ਨੇ ਜਿਹੜੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਵਾਲੇ ਲੋਕ ਇਹਨਾਂ ਚੈਨਲਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਆ ਤੇ ਬੱਲੇ ਬੱਲੇ ਕਰਦੇ ਨੇ ਵੀ ਵਾਹ ਜੀ ਵਾਹ ਆ ਹੋ ਗਿਆ ਉਹ ਹੋ ਗਿਆ ਪਰ ਅਸਲੀਅਤ ਜਿਹੜੀ ਹੈ ਉਹ ਆਪ ਹੀ ਸਾਹਮ ਵੀ ਸਾਰਾ ਕੁਝ ਦੱਸਣਗੇ ਹੁਣ ਮੇਰਾ ਸਵਾਲ ਬੜਾ ਇੱਕ ਤੁਹਾਨੂੰ ਕਹਿ ਲਈਏ ਕਿ ਇੱਕ ਇਨਫੋਰਮੇਟਿਵ ਵੀ ਹੋਏਗਾ ਪਹਿਲਾਂ ਤਾਂ ਆਪਾਂ ਦੱਸਿਓ ਅਕਾਲ ਚੈਨਲ ਦੇ ਜ਼ਰੀਏ ਕਿ ਇੱਕ ਮੀਡੀਆ ਦਾ ਫਰਜ਼ ਕੀ ਹੁੰਦਾ ਦੂਸਰਾ ਸਵਾਲ ਨਾਲੋ ਨਾਲ ਹੈ ਕਿ ਭਾਰਤੀ ਮੀਡੀਆ ਇਸ ਵੇਲੇ ਕਿਵੇਂ ਚੱਲ ਰਿਹਾ ਬਿਲਕੁਲ ਜਿਹੜਾ ਆਪਾਂ ਕਹਿ ਲਈਦਾ ਕਿ ਮੀਡੀਆ ਦਾ ਫਰਜ਼ ਏ ਹੁੰਦਾ ਕਿ ਤੁਸੀਂ ਨਿਊਜ਼ ਆਪ ਕ੍ਰੀਏਟ ਨਹੀਂ ਕਰਨੀ ਹੁੰਦੀ। ਜੇ ਤੁਸੀਂ ਆਪਣੇ ਕੋਲੋਂ ਨਹੀਂ ਬਣਾਉਣੀ ਹੁੰਦੀ ਤੁਸੀਂ ਐਂ ਬਹਿ ਕੇ ਵੀ ਰੋਲੇ ਪਾਈ ਜਾਓ ਲੋਕਾਂ ਨੂੰ ਤੁਸੀਂ ਭੜਕਾਈ ਜਾਓ ਕਿ ਆਹ ਹੋ ਗਿਆ ਜੀ ਆਹ ਗਲਤ ਹੋ ਗਿਆ ਇੱਥੇ ਆਪਾਂ ਆਹ ਕਰਦੀਏ। ਜਾਂ ਆਪਾਂ ਦੇਖਿਆ ਕਿ ਜੋ ਭਾਰਤੀ ਮੀਡੀਆ ਜਦੋਂ ਆਪਾਂ ਐਗਜ਼ਾਮਪਲਸ ਲੈਂਦੇ ਆ ਜਿਸ ਤਰੀਕੇ ਦੇ ਉੱਥੇ ਖੁੰਖਾਰੂ ਟਾਈਟਲ ਦਿੱਤੇ ਜਾਂਦੇ ਨੇ ਜਾਂ ਇੱਕ ਤਬਲੀਕੀ ਜਮਾਤ ਦਾ ਜੇ ਆਪਾਂ ਕੋਰੋਨਾ ਵਾਇਰਸ ਦੀ ਗੱਲ ਕਰੀ ਤੇ ਆ ਸਾਰੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਬਿਲਕੁਲ ਔਰ ਉਸ ਦੇ ਉੱਤੇ ਵੀ ਦਲਜੀਤ ਸਿੰਘ ਜੀ ਤੁਹਾਨੂੰ ਦੱਸ ਤੀਏ ਕਿ ਕੋਰਟ ਦਾ ਜਿਹ ਇੱਕ ਪਟੀਸ਼ਨ ਗਈ ਸੀ ਉੱਥੇ ਔਰ ਉਹਨਾਂ ਨੇ ਜਿਹੜੀ ਝਾੜ ਪਾਈ ਹੈਗੀ ਆ ਚੀਫ ਜਸਟਿਸ ਐਸ ਏ ਬੋਬਡੇ ਹੈਗੇ ਆ। ਉਹਨਾਂ ਨੇ ਕਿਹਾ ਕਿ ਇੱਕ ਤਾਂ ਸਰਕਾਰ ਨੇ ਤਬਲੀਕੀ ਜਮਾਤ ਵਾਲੇ ਮਸਲੇ 'ਚ ਸਰਕਾਰ ਕਹਿ ਰਹੀ ਹੈ ਕਿ ਸਾਰਾ ਕੁਝ ਸਹੀ ਹੋਇਆ। ਜਿਹੜੀ ਕੋਈ ਐਦਾਂ ਦਾ ਮੀਡੀਆ ਦੇ ਵਿੱਚ ਕੁਝ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਇੱਕ ਤਾਂ ਤੁਸੀਂ ਜਾਣਬੁੱਝ ਕੇ ਜੂਨੀਅਰ ਅਫਸਰ ਨੂੰ ਜਿਹੜਾ ਹੈਗਾ ਕੇਸ ਫਾਈਲ ਕਰਨ ਲਈ ਕਿਹਾ। ਉਹਨਾਂ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਮੀਡੀਆ ਦਾ ਪੱਖ ਜਿਹੜਾ ਤੁਸੀਂ ਲਿਆ ਰਹੇ ਹੋ, ਤੁਸੀਂ ਇਹ ਕਹਿ ਰਹੇ ਹੋ ਕਿ ਰਿਪੋਰਟਿੰਗ ਬੁਰੀ ਨਹੀਂ ਹੈ। ਪਰ ਇਸ ਦੇ ਵਿੱਚ ਜਿਹੜਾ ਹੈਗਾ ਕਿਤੇ ਨਾ ਕਿਤੇ ਇੱਕ ਫਿਰਕੇ ਨੂੰ ਕਹਿ ਲਈਏ ਜਾਂ ਇੱਕ ਧਰਮ ਨੂੰ ਜਾਂ ਕਿ ਜਮਾਤ ਨੂੰ ਜਿਹੜਾ ਇਹ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਇਹ ਕੀਤੀਆਂ ਗਈਆਂ ਨੇ ਇਹ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਇਹ ਸੁਪਰੀਮ ਕੋਰਟ ਕਹਿ ਰਿਹਾ ਔਰ ਹੂਬ ਹੂ ਜਿਹੜੀ ਅਗਸਤ ਦੇ ਵਿੱਚ ਮੁੰਬਈ ਹਾਈ ਕੋਰਟ ਵੱਲੋਂ ਜਿਹੜੀ ਟਿੱਪਣੀ ਆਉਂਦੀ ਉਹ ਵੀ ਇਦਾਂ ਦੀ ਸਿਮਿਲਰ ਹੈਗੀ ਆ ਹੂੰ ਹੂੰ ਮਤਲਬ ਮੀਡੀਆ ਨੇ ਆਪਣਾ ਕੰਮ ਕਰਤਾ ਬਿਲਕੁਲ ਉਦੋਂ ਉਹਨਾਂ ਨੂੰ ਅਤਵਾਦੀ ਵੀ ਕਹਿੰਦਾ ਇੱਕ ਤਰ੍ਹਾਂ ਦਾ ਇਹ ਵੀ ਕਹਿੰਦਾ ਕਿ ਕਰੋਨਾ ਫਲਾ ਰਿਹਾ ਸਾਡੇ ਨਾਲ ਤੇ ਆਪ ਇਹ ਚੀਜ਼ ਵਾਪਰੀ ਜਦੋਂ ਨਦੇੜ ਤੋਂ ਜਦੋਂ ਆਉਂਦੇ ਹੈਗੇ ਆ ਕੈਲੀਏ ਵੀ ਯਾਤਰੂ ਆਉਂਦੇ ਆ ਉਹਨਾਂ ਨੂੰ ਵੀ ਬਹੁਤ ਕੁਛ ਕਿਹਾ ਗਿਆ ਉਹਨਾਂ ਨੂੰ ਪੰਜਾਬ ਤੋਂ ਬਾਹਰ ਰੱਖਿਆ ਗਿਆ ਜ਼ਲੀਲ ਕੀਤਾ ਗਿਆ ਕਿ ਗੁਰਦੁਆਰੇ ਤੋਂ ਸੰਗਤਾਂ ਆਈਆਂ ਉਹ ਕਰੋਨਾ ਲੈ ਕੇ ਆ ਗਈਆਂ ਪੰਜਾਬ 'ਚ ਗਿਆਨੀ ਬਲਦੇਵ ਸਿੰਘ ਜੋ ਇਟਲੀ ਤੋਂ ਜਾਂਦੇ ਨੇ ਉਹਨਾਂ ਨੂੰ ਵੱਡੇ ਪੱਦਰ ਤੇ ਬਦਨਾਮ ਕੀਤਾ ਉਸ ਤੋਂ ਬਾਅਦ ਕੁਝ ਸਿੰਗਰਜ਼ ਦਾ ਸਹਾਰਾ ਵੀ ਲਿਆ ਗਿਆ ਹੋਰ ਤੇ ਹੋਰ ਐਨਆਰਆਈਜ਼ ਜਿਹੜੇ ਆ ਜਿਹਨੇ ਪੰਜਾਬ ਨੂੰ ਚਲਾਉਣ ਵਾਲੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਹਿਊਮਨ ਬੌਮ ਨੇ ਇਹ ਜਿਹੜੇ ਪੰਜਾਬ ਦੀ ਧਰਤੀ ਤੇ ਬੈਠੇ ਹੁਣ ਤੁਸੀਂ ਦੇਖੋ ਮੀਡੀਆ ਨੇ ਇੱਕ ਸਹੀ ਪੱਖ ਪੇਸ਼ ਕਰਨਾ ਸੀ ਪਰ ਮੀਡੀਆ ਨੇ ਇੱਥੇ ਕੀ ਪੱਖ ਪੇਸ਼ ਕੀਤਾ ਬਿਲਕੁਲ ਔਰ ਇਹਦੇ ਪਿੱਛੇ ਜਿਹੜਾ ਹੈਗਾ ਨਾ ਇਹਨੂੰ ਜਦੋਂ ਆਪਾਂ ਹੋਰ ਦੇਖਦੇ ਹੈਗੇ ਆ ਨਾ ਇਹਦੇ ਪਿੱਛੇ ਇਹ ਸਕੈਂਡਲ ਇਹਨਾਂ ਜਿਆਦਾ ਵੱਡਾ ਹੈਗਾ ਕਿਉਂਕਿ ਜਿਹੜੀਆਂ ਰਿਪੋਰਟਸ ਸਾਹਮਣੇ ਆ ਰਹੀਆਂ ਨਾ ਉਹਨਾਂ ਦੇ ਵਿੱਚ ਜਦੋਂ ਅਸੀਂ ਇਹਨਾਂ ਟੀਵੀ ਚੈਨਲਾਂ ਦੀ ਖਾਸ ਕਰਕੇ ਗੱਲ ਕਰਦੇ ਆ ਤੇ ਇਹਨਾਂ ਦਾ ਤੁਸੀਂ ਡਿਫਰੈਂਸ ਦੇਖੋ ਕਿ ਕਿੰਨਾ ਇਹਨਾਂ ਦਾ ਐਡ ਰੈਵਨਿਊ ਕਿੰਦਾ ਵਧਦਾ ਹੈਗਾ ਤੁਸੀਂ ਕਹਿਆ ਸੀ ਕਿ ਸਰਕਾਰਾਂ ਇਹਨਾਂ ਦੇ ਲਿੰਕ 'ਚ ਕਿੰਦਾ ਆਉਂਦੀਆਂ ਕਿੰਦਾ ਆਉਂਦੀਆਂ ਬਿਲਕੁਲ ਸਰਕਾਰਾਂ ਨੂੰ ਮਜਬੂਰ ਹੋ ਕੇ ਇਹਨਾਂ ਦੇ ਲਿੰਕ ਦੇ ਵਿੱਚ ਆਉਣਾ ਆਉਂਦਾ ਆਉਣਾ ਪੈਂਦਾ ਆਪਾਂ ਕਹਿ ਦਈਏ ਜਦੋਂ ਆਪਾਂ ਐਡ ਰੈਵਨਿਊ ਦੇਖਦੇ ਆਂ ਤੇ 2014 ਦੇ ਵਿੱਚ 6.13 ਬਿਲੀਅਨ ਡਾਲਰ ਦਾ ਜਿਹੜਾ ਐਡ ਰੈਵਨਿਊ ਹੁੰਦਾ 2019 ਦੇ ਵਿੱਚ ਵਧ ਕੇ 9.67 ਜਿਹੜਾ ਹੈਗਾ ਬਿਲੀਅਨ ਡਾਲਰ ਇਹ ਹੋ ਜਾਂਦਾ 2024 ਦੀ ਜਿਹੜੀ ਪ੍ਰੋਜੈਕਸ਼ਨ ਉਹਨਾਂ ਦੀ ਹੈਗੀ ਆ ਉਹ ਕਹਿੰਦੇ ਕਿ 18 ਜਿਹੜਾ ਬਿਲੀਅਨ ਡਾਲਰ ਜਿਹੜਾ ਇੱਥੋਂ ਤੱਕ ਪਹੁੰਚ ਜਾਊਗਾ ਮਤਲਬ ਮਤਲਬ ਇੰਨਾ ਜ਼ਿਆਦਾ ਹੈਗਾ ਔਰ ਉਸ ਤੋਂ ਬਾਅਦ ਜਾਣ ਬੁਝ ਕੇ ਲੋਕਾਂ ਦਾ ਕਰੈਕਟਰ ਅਸੈਸਿਨੇਸ਼ਨ ਕੀਤਾ ਜਾਂਦਾ ਜੇ ਆਪਾਂ ਹੁਣ ਐਗਜ਼ਾਮਪਲ ਹੋਣ ਵਾਲੀ ਲੈਣੀ ਹੋਵੇ ਆਪਾਂ ਭਾਰਤੀ ਮੀਡੀਆ ਦੀ ਗੱਲ ਕਰ ਰਹੇ ਹਾਂ ਉਹਨਾਂ ਨੇ ਕਿਸ ਤਰੀਕੇ ਨਾਲ ਸੁਸ਼ਾਂਤ ਸਿੰਘ ਵਾਲੇ ਕੇਸ ਦੇ ਵਿੱਚ ਕਿਹਾ ਗਿਆ ਜੀ ਇਹਦੀ ਹੱਤਿਆ ਕਰਵਾਈ ਗਈ ਹੈ ਸਾਰਾ ਕੁਝ ਪੂਰਾ ਉਹਨਾਂ ਨੇ ਜੋਰ ਲਾਇਆ ਜੀ ਹੁਣ ਸੁਪਰੀਮ ਕੋਰਟ ਕਹਿ ਰਹੀ ਹੈ ਈਮਜ਼ ਦੀ ਰਿਪੋਰਟ ਕਹਿ ਰਹੀ ਹੈ ਕਿ ਉਹਨੇ ਆਤਮ ਹੱਤਿਆ ਕੀਤੀ ਹੈ ਹੂੰ ਫਿਰ ਉਹ ਜਿਹੜੀ ਤੁਸੀਂ ਉਹ ਬੀਬੀ ਦਾ ਜਿਹੜਾ ਤੁਸੀਂ ਕੈਰੈਕਟਰ ਸੈਕਸ਼ਨੇਸ਼ਨ ਕੀਤਾ ਕਿ ਤੁਸੀਂ ਉਹ ਤੋਂ ਮਾਫੀ ਮੰਗੋਗੇ ਬਿਲਕੁਲ ਬਿਲਕੁਲ ਤੇ ਜੇ ਮੰਗ ਵੀ ਲਾਉਗੇ ਤੇ ਉਹਦੇ ਨਾਲ ਕੀ ਹੋ ਜੂ ਉਹਨੂੰ ਤੁਸੀਂ ਮਹੀਨਾ ਦਾ ਉਹਦਾ ਤੁਸੀਂ ਖਿੱਚ ਤੂ ਕਰਤੀ ਉਹਦੀ ਜਿੰਦਗੀ ਆਪਾਂ ਕਹਿ ਲਈਏ ਇੱਕ ਤਰ੍ਹਾਂ ਦੀ ਉਹਦਾ ਕੈਰੈਕਟਰ ਤੁਸੀਂ ਬਿਲਕੁਲ ਉਹਦਾ ਹੈਗਾ ਅ ਅਸੈਸਟੇਟ ਕਰ ਦਿੱਤਾ ਕਿਉਂਕਿ ਇੱਕ ਲੜਕੀ ਦੀ ਗੱਲ ਜਦੋਂ ਆਉਂਦੀ ਹੈ ਤਾਂ ਬੜੇ ਵੱਡੇ ਪੱਦਰ ਤੇ ਉਹਨੂੰ ਲੈਣਾ ਚਾਹੀਦਾ ਸੋ ਉਹਦੀ ਖਿੱਚ ਸੋ ਇੱਕ ਜੇ ਕਹਿ ਲਈਏ ਕਿ ਕੰਸਰ ਜਿਹੜਾ ਇਸ ਦੁਨੀਆ ਤੋਂ ਚਲੇ ਗਿਆ ਉਹਦੇ ਨਾਲ ਵੀ 2 ਮਹੀਨੇ ਖਿੱਚ ਤੂ ਜਿਹੜੀ ਆ ਪੂਰੇ ਭਾਰਤ ਦੇ ਵਿੱਚ ਚਲਦੀ ਰਹੀ ਹੈ ਸੋ ਆਪਾਂ ਇਹ ਵੀ ਦੇਖਦੇ ਆਂ ਕਿ ਜਿਸ ਵੇਲੇ ਸੁਨਸ਼ਾਨ ਸਿੰਘ ਨੂੰ ਲੈ ਕੇ ਲੋਕ ਬੈਠੇ ਰਹੇ ਤੇ ਭਾਰਤ ਦੇ ਵਿੱਚ ਹੋਰ بڑے ਮਸਲੇ ਸੀ ਕਿਸਾਨਾਂ ਨੂੰ ਲੈ ਕੇ ਦੇਖ ਲਈਏ ਜੋ ਹੋਰ بڑے ਮਸਲੇ ਸੀ ਜੀ ਬਿਲਕੁਲ ਕਿਉਂਕਿ ਇਹਨਾਂ ਨੂੰ ਕੀਤਾ ਕੀ ਜਾਂਦਾ ਇਹਨਾਂ ਵੱਲੋਂ ਜਿਹੜੇ ਮਸਲੇ ਨਾ ਆ ਉਹ ਬਾਹਰੇ ਜਾਂਦੇ ਆ ਹੁਣੇ ਹੁੰਦਾ ਕੀ ਆ ਇਸ ਲਈ ਸਾਨੂੰ ਇੱਕ ਹੋਰ ਰਿਪੋਰਟ ਜਿਹੜੀ ਸਾਹਮਣੇ ਦੇਖਣੀ ਪਊਗੀ ਜਰੂਰ ਇਹ ਹੈਗੀ ਆ ਯੂ ਐਸ ਦੀ ਰਿਪੋਰਟ ਹੈਗੀ 450 ਪੰਨਿਆਂ ਦੀ ਰਿਪੋਰਟ ਹੈਗੀ ਆ ਔਰ ਉੱਥੋਂ ਦੀ ਸੰਸਦ ਦੀ ਨਿਆਂ ਕ ਉਹਨਾਂ ਨੇ ਕਿਹਾ ਕਿ ਫੇਸਬੁਕ ਇੱਕ ਤਾਂ ਬਬ ਟੀਵੀ ਦੀ ਗੱਲ ਤੇ ਕਰ ਲਈ ਨਾ ਹੁਣ ਆਪਾਂ ਥੋੜਾ ਜਿਹਾ ਜਿਹੜਾ ਸੋਸ਼ਲ ਮੀਡੀਆ ਹੈਗਾ ਉਹਨਾਂ ਨੇ ਫੇਸਬੁਕ Amazon ਤੇ Google ਇਹਨਾਂ ਤੇ ਉਹਨਾਂ ਨੇ ਵੱਡੇ ਜਿਹੜੇ ਗੰਭੀਰ આરોਪ ਲਾਏ ਆ ਉਹਨਾਂ ਨੇ ਕਿਹਾ ਕਿ ਇਹ ਲੋਕ ਪੂੰਜੀ ਲੈ ਕੇ ਆਏ ਔਰ ਇਹਨਾਂ ਨੇ ਮਾਰਕੀਟ ਨੂੰ ਇੱਕ ਤਰੀਕੇ ਨਾਲ ਆਪਣੇ ਚ ਕੈਪਚਰ ਕਰ ਲਿਆ ਹੋਇਆ ਔਰ ਫੇਸਬੁਕ ਵਾਲਾ ਜਿਹੜਾ ਸਕੈਂਡਲ ਹੈਗਾ ਇਹ ਤਾਂ ਆਪਾਂ ਦੇਖਿਆ ਨਾ ਕਿ ਭਾਰਤ ਚ ਵੀ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਪੋਲਿਟੀਕਲ ਲੋਕਾਂ ਤੇ ਇਲਜ਼ਾਮ ਲੱਗਦੇ ਰਹੇ ਆ ਕਿ ਇਹ ਫੇਸਬੁਕ ਨਾਲ ਕਨੈਕਟਡ ਨੇ ਜਾਂ ਇੱਥੋਂ ਤੱਕ ਵੀ ਹੋਇਆ ਕਿ ਜਿਹੜੀਆਂ ਇੱਕ ਪਾਰਟੀ ਦੀਆਂ ਜਿਹੜ ਜਿਹੜੀਆਂ ਦੂਜੀਆਂ ਵਾਲੀਆਂ ਹੈਗੀਆਂ ਉਹ ਡਿਲੀਟ ਕਰ ਦਿੱਤੀਆਂ ਜਾਂਦੀਆਂ ਇਦਾਂ ਦੇ ਵੀ ਕੰਮ ਹੁੰਦੇ ਆ ਤੇ ਫਿਰ ਹੁੰਦਾ ਕੀ ਹੈ ਕਿ ਜਦੋਂ ਇਹਨਾਂ ਦਾ ਇੰਨਾ ਜ਼ਿਆਦਾ ਹੈ ਗਿਆ ਕਬਜ਼ਾ ਹੋ ਗਿਆ ਕਿਉਂਕਿ Amazon ਦਾ ਆਪਾਂ ਵੀ ਦੇਖਿਆ ਕਿ ਭਾਰਤ ਚ ਵੀ ਇਲਜ਼ਾਮ ਲੱਗੇ ਸੀ ਕਿ ਇਹਨਾਂ ਨੇ ਜਿਹੜਾ ਸੈਟਅਪ ਕੀਤਾ ਕਿ ਇਨਵੈਸਟਮੈਂਟ ਹੀ ਇੰਨੀ ਵੱਡੀ ਲੈ ਕੇ ਆਉਂਦੇ ਆ ਕਿ ਲੋਕਲ ਜਿਹੜੀ ਹੈਗੀ ਹੁਣ ਤੁਸੀਂ ਘਰੇ ਬੈਠੇ ਹੋ ਤੇ ਤੁਸੀਂ ਆਨਲਾਈਨ ਆਰਡਰ ਕੀਤਾ ਤੁਸੀਂ ਕਿਹਾ ਠੀਕ ਆ ਮੈਂ 200 ਰੁਪਏ ਵਾਧੇ ਦੇ ਦੂੰਗਾ ਮੈਨੂੰ ਖੱਜਲ ਖਰਾਬੀ ਨਹੀਂ ਹੋਣੀ ਸਮਾਨ ਤੁਹਾਡਾ ਘਰੇ ਹੈ ਪਰ ਉਹਦੇ ਨਾਲ ਜਿਹੜਾ ਲੋਕਲ ਮਾਰਕੀਟ ਹੈਗੀ ਉਹਨੂੰ ਬਹੁਤ ਫਰਕ ਪੈਂਦਾ ਤਬਾਹ ਹੋ ਜਾਂਦੀ ਉਹ ਤਬ ਸੰਗੀਨ ਜਿਹੜੇ ਤਾਂ ਕਰਕੇ ਇਹ ਜਿਹੜੇ ਲੱਗੇ ਹੋਏ ਆ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਕਿ ਤਨਾ ਕਿਤੇ ਇਹ ਵੀ ਮਾਰਕੀਟ ਨੂੰ ਅੱਗੇ ਲੈ ਕੇ ਜਾ ਰਹੀਆਂ ਹੁਣ ਫਿਰ ਇਸ ਤੋਂ ਬਾਅਦ ਸਰਕਾਰ ਮਜਬੂਰ ਕਿਦਾਂ ਹੋ ਜਾਂਦੀ ਹੈ ਜੀ ਜੀ ਇਹ ਇੱਕ ਤਗੜਾ ਆਪਾਂ ਕਹਿ ਲਈ ਕਿ ਇਹਨਾਂ ਦਾ ਇੱਕ ਸਕੈਂਡਲ ਜਾਂ ਸੈਟਅਪ ਇਹਨਾਂ ਦਾ ਬਹੁਤ ਤਗੜਾ ਹੈਗਾ ਫਿਰ ਸਰਕਾਰ ਨੂੰ ਵੀ ਇਹਨਾਂ ਨੂੰ ਯੂਟਿਲਾਈਜ਼ ਕਰਨਾ ਪੈਂਦਾ ਤੇ ਸਰਕਾਰ ਇਲੈਕਸ਼ਨ ਦੇ ਵਿੱਚ ਯੂਟਿਲਾਈਜ਼ ਕਰਦੀ ਹੈ ਕੱਲਾ ਆਪਾਂ ਇੱਥੇ ਭਾਰਤ ਦੀ ਗੱਲ ਹੀ ਨਹੀਂ ਕਰਦੇ ਯੂਐਸ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਹੈਗਾ ਅੱਛਾ ਔਰ ਉਸ ਤੋਂ ਹੀ ਫਿਰ ਭਾਰਤ ਨੇ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਵੀ ਇਸ ਨੂੰ ਪੂਰਾ ਜਿੰਨਾ ਮੈਕਸਿਮਮ ਯੂਟਿਲਾਈਜ਼ ਆ ਇਲੈਕਸ਼ਨ ਦੇ ਤੌਰ ਦੇ ਵੱਡੀਆਂ-ਵੱਡੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਕੈਂਪੇਨਸ ਆਉਂਦੇ ਪੋਸਟਰ ਆਉਂਦੇ ਉਹ ਸਾਰਾ ਕੁਝ ਜਿਹੜਾ ਹੈਗਾ ਨਾ ਇਹ ਪੂਰਾ ਇਸੇ ਦਾ ਹੀ ਹਿੱਸਾ ਹੁੰਦਾ ਕਿਉਂਕਿ ਪ੍ਰਿੰਟ ਮੀਡੀਆ ਦੂਸਰਾ ਮੀਡੀਆ ਜਦੋਂ ਇੱਕ ਚੀਜ਼ ਬਾਰ 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 ਤੁਹਾਡੇ ਦਿਮਾਗਾਂ ਚ ਪਾਈ ਜਾਏਗੀ ਤੁਸੀਂ ਆਪ ਹੀ ਜਿਹੜਾ ਉਸ ਨੂੰ ਜਿਹੜਾ ਹੈਗਾ ਬਾਅਦ ਚ ਮੰਨਣ ਦੇ ਵਿੱਚ ਮਜਬੂਰ ਹੋ ਜਾਓਗੇ ਬਿਲਕੁਲ ਜੀ ਕਹਿੰਦੇ ਵੀ ਸਚਾਈ ਜਿਹੜੀ ਝੂਠ ਹੁੰਦਾ ਹੁਣ 100 ਵਾਰ ਕਹੋਗੇ ਤਾਂ ਇੱਕ ਦਿਨ ਇਹੋ ਜਿਹਾ ਆਊਗਾ ਵੀ ਉਹ ਸੱਚ ਹੋ ਜਾਊਗਾ ਆਮ ਲੋਕਾਂ ਦੇ ਮਨਾਂ ਚ ਉਹ ਬਣ ਜਾਊਗਾ ਬਹੁਤ ਸਾਰਾ ਇਤਿਹਾਸ ਜਿਹੜਾ ਹੈ ਭਾਰਤ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਬਣਾਇਆ ਗਿਆ ਜਿਸ ਨੂੰ ਲੈ ਕੇ ਕਿ ਅੱਜ ਉਹ ਸੱਚ ਹੋ ਚੁੱਕਿਆ ਲੋਕਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਫਿਟ ਕਰ ਦਿੱਤੀਆਂ ਗਈਆਂ ਕੁਝ ਐਸਾ ਸੀਰੀਅਲਸ ਕੁਝ ਫਿਲਮਸ ਮੂਵੀਜ਼ ਬਣਾਈਆਂ ਗਈਆਂ ਬ ਪੰਜਾਬ ਦੇ ਗਾਇਕ ਜਿਹੜੇ ਹੈ ਨੇ ਉਹਨਾਂ ਦਾ ਵੀ ਸਹਾਰਾ ਲਿਆ ਜਾ ਰਿਹਾ ਵੀ ਕਿਵੇਂ ਜਿਹੜੀ ਚੀਜ਼ ਹੈ ਹੁਣ ਆਪਾਂ 84 ਤੋਂ ਬਾਅਦ ਦਾ ਜਿਹੜਾ ਹੈਗਾ ਉਹ ਦੌਰ ਉਹਨੂੰ ਵੀ ਦੇਖ ਲਈਏ ਵੀ ਲੋਕਾਂ ਦੇ ਮਨ 'ਚ ਕਿਵੇਂ ਪਾ ਦਿੱਤਾ ਗਿਆ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰਦੇ ਆਂ ਕੀ ਇਮੇਜ ਬਣਾ ਕੇ ਉਹ ਪੇਸ਼ ਕੀਤੀ ਗਈ ਹੈ ਸਾਰਾ ਕੁਝ ਉਹਦਾ ਹੀ ਹਿੱਸਾ ਮੈਨੂੰ ਲੱਗਦਾ ਵੀ ਬਿਲਕੁਲ ਖਾਸ ਕਰਕੇ ਜਿਹੜਾ ਨਾ ਇਹਨਾਂ ਨੂੰ ਘੱਟ ਗਿਣਤੀਆਂ ਦੇ ਖਿਲਾਫ ਜਿਹੜਾ ਵਰਤਿਆ ਜਾਂਦਾ ਕਿਉਂਕਿ ਜਦੋਂ ਅਸੀਂ ਸਿੱਖ ਚਿੰਤਕਾਂ ਨੂੰ ਪੜ੍ਹਦੇ ਆਂ ਜਾਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਆਂ ਤੇ ਉਹ ਤੋਂ ਪਤਾ ਲੱਗਦਾ ਕਿ ਕਿਵੇਂ ਇਸ ਚੀਜ਼ ਨੂੰ ਜਿਹੜਾ ਹੈਗਾ ਮੋਲਡ ਕੀਤਾ ਜਾਂਦਾ ਹੁਣ ਜ ਨੂੰ ਪ੍ਰਮੋਟ ਕੀਤਾ ਗਿਆ ਜੀ ਖਾਸ ਕਰਕੇ ਜਿੱਦਾਂ ਇੱਕ ਵਰਗ ਵੱਲੋਂ ਕਹ ਲਈਏ ਸਰਕਾਰ ਵੱਲੋਂ ਜੋ ਚੀਜ਼ ਸੀ ਉਹਨਾਂ ਦਾ ਪ੍ਰੋਪਗੈਂਡਾ ਪ੍ਰਮੋਟ ਕੀਤਾ ਗਿਆ ਉਹਦਾ ਫਾਇਦਾ ਉਹਨਾਂ ਨੂੰ ਫਿਰ ਨਵੰਬਰ ਵਾਲੇ ਕਤਲੇਆਮ 'ਚ ਵੀ ਮਿਲਿਆ ਬਿਲਕੁਲ ਕਿਉਂਕਿ ਇਹਦੇ 'ਚ ਇਹ ਹੁੰਦਾ ਨਾ ਗਿਵ ਅ ਡੌਗ ਅ ਬੈਡ ਨੇਮ ਐਂਡ ਦੈਨ ਕਿਲ ਇਟ ਮਤਲਬ ਜਦੋਂ ਤੁਸੀਂ ਕਿਸੇ ਚੀਜ਼ ਨੂੰ ਕਹਿ ਦਿੱਤਾ ਗਿਆ ਖਰਾਬ ਆ ਖਰਾਬ ਚੀਜ਼ ਨੂੰ ਖਤਮ ਕਰਨਾ ਤੇ ਕੋਈ ਗਲਤੀ ਗੱਲ ਹੀ ਹੈ ਨਹੀਂ ਬਿਲਕੁਲ ਇਸੇ ਕਰਕੇ ਲੋਕਾਂ ਨੇ ਫਿਰ ਲੱਡੂ ਵੀ ਵੰਡੇ ਨੇ ਜੂਨ 84 ਜਦੋਂ ਅੰਦਰ ਆਪਰੇਸ਼ਨ ਫਿਨਿਸ਼ ਕਰਕੇ ਜਦੋਂ ਫੌਜ ਬਾਹਰ ਆਉਂਦੀ ਹੈ ਤਾਂ ਉੱਥੇ ਭੰਗੜੇ ਵੀ ਪਾਏ ਗਏ ਤੇ ਆਂਡ ਗਵਾਂਡ ਦੇ ਵਿੱਚ ਜਿਹੜੇ ਲੋਕ ਸੀ ਕੁਝ ਇਸ ਤਰ੍ਹਾਂ ਦੇ ਉਹਨਾਂ ਵੱਲੋਂ ਲੱਡੂ ਵੰਡੇ ਗਏ ਨਵੰਬਰ 84 ਚ ਵੀ ਇਸੇ ਤਰ੍ਹਾਂ ਹੋਇਆ ਕਿ ਆ ਵੀ ਇਹ ਸੱਪ ਦੇ ਬੱਚੇ ਨੇ ਇਹਨਾਂ ਨੂੰ ਮਾਰ ਦਿੱਤਾ ਜਾਵੇ ਸੋ ਇਸ ਤਰ੍ਹਾਂ ਦਾ ਬਣਾਇਆ ਗਿਆ ਮਤਲਬ ਪਲਾਨ ਤਹਿਤ ਲੋਕਾਂ ਦੇ ਦਿਮਾਗ 'ਚ ਬਾੜ ਦਿੱਤਾ ਗਿਆ ਸੋ ਇਹ ਹੱਲ ਕੀ ਹੈ ਹੁਣ ਆਪਾਂ ਕਹੀਏ ਕਿ ਬੜਾ ਵੱਡਾ ਸਕੈਂਡਲ ਹੈ মিডিਆ ਨੂੰ ਲੈ ਕੇ ਟੀਆਰਪੀ ਦਾ ਚੱਕਰ ਵੀ ਆ ਗਿਆ ਗੋਦੀ মিডিਆ ਦਾ ਨਾਮ ਵੀ ਆ ਗਿਆ ਵਕਾਊ মিডিਆ ਵੀ ਆ ਗਿਆ ਚੋਣਾਂ ਵੇਲੇ ਵੀ ਵਰਤਿਆ ਜਾਂਦਾ ਮਤਲਬ ਆਪਾਂ ਕਹਿ ਲਈਏ ਵੀ ਤਬਾਈ ਹੋ ਰਹੀ ਹੈ ਹੂੰ ਹੂੰ ਸੋ ਇਹਦਾ ਹੱਲ ਕੀ ਹੈ ਇਸ ਵੇਲੇ ਜੇਕਰ ਦੇਖਿਆ ਜਾ ਸਰਲ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਚ ਜਿਹੜੀ ਵੱਡੀ ਇਹਨਾਂ ਨੇ ਪ੍ਰੋਬਲਮ ਇਹ ਕ੍ਰੀਏਟ ਕਰਤੀ ਨਾ ਕਿ ਇੱਕ ਬૌਧਿਕ ਵਰਕ ਜਿਹੜਾ ਹੈਗਾ ਉਹ ਉਹ ਭਾਰਤ ਦੇ ਵਿੱਚ ਵੀ ਇਸ ਤੋਂ ਤੰਗ ਹੈ मतलब ਜਦੋਂ ਤੁਸੀਂ ਦੇਖੋ ਨਾ ਵੀ ਹੁਣ ਤੁਹਾਡੇ ਸਾਹਮਣੇ ਇੱਕ ਐਂਕਰ ચીਕ ਚਿਹੜਾ ਪਾ ਰਿਹਾ ਹੂੰ 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 ਈਵਨ ਜੇ ਆਪਾਂ ਇੱਥੇ ਲੋਕਲ ਮੀਡੀਆ ਦੀ ਗੱਲ ਕਰ ਲਈਏ ਵੀ ਇੱਥੇ ਵੀ ਇਦਾਂ ਦੇ ਡਰਾਮਾ ਹੁੰਦੀਆਂ ਨੇ ਇਸੇ ਤਰੀਕੇ ਦਾ ਵਾਪਰਦਾ ਹੈਗਾ ਕਿ ਐਵੇਂ ਨਜਾਇਜ਼ ਹੀ ચીਕ ਚਿਹੜਾ ਪਾ ਕੇ ਲੋਕਾਂ ਨੂੰ ਐਵੇਂ ਹੀ ਪ੍ਰੋਵੋਕ ਕਰੀ ਜਾਓ ਵੀ ਤੁਸੀਂ ਸਹਿਜ ਨਾਲ ਗੱਲ ਕਰੋ ਵੀ ਤੁਹਾਨੂੰ ਸਿੱਖੀ ਸਿਧਾਂਤ ਵੀ ਇਹੋ ਕੁਝ ਸਿਗਾਉਂਦੇ ਨੇ ਉਹਦੀ ਤੁਸੀਂ ਗੱਲ ਕਰੋ ਹੋਲੀ ਤੁਸੀਂ ਟਰੰਮੇ ਨਾਲ ਗੱਲ ਕਰੋ ਔਰ ਤੁਸੀਂ ਫੈਕਟ ਦੇ ਕੇ ਗੱਲ ਕਰੋ ਹੁਣ ਮੈਂ ਇੱਕ ਤੁਹਾਡੇ ਸਾਹਮਣੇ ਐਵੇਂ ਹੀ ਇਲਜ਼ਾਮ ਲਗਾਈ ਜਾਵਾਂ ਕਿ ਆ ਉਹਨੇ ਗਲਤ ਕੀਤਾ ਉਹਨੇ ਗਲਤ ਕੀਤਾ ਉਹਦੇ ਕੋਈ ਸਬੂਤ ਤੇ ਲੈ ਕੇ ਆ ਤੇ ਬਿਲਕੁਲ ਇਹੋ ਕੰਮ ਜਿਹੜਾ ਉੱਥੇ ਚੱਲਿਆ ਜਦੋਂ ਕੋਈ ਰਿਪੋਰਟਰ ਜਿਹੜੇ ਸ਼ੂਟਿੰਗ ਕਰ ਰਹੇ ਹੁੰਦੇ ਨੇ ਉਹਨਾਂ ਦੀਆਂ ਕਾਫੀ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਉਹ ਗੱਡੀ ਦੇ ਉੱਤੇ ਚੜ ਚੜ ਕੇ ਉਹਨੂੰ ਕਹਿੰਦਾ ਕੈਮਰਾਮੈਨ ਨੂੰ ਕਹਿੰਦਾ ਪਿੱਛੇ ਹੋਰ ਕਮਾ ਹੱਥ ਮਾਰ ਮਾਰ ਕੇ ਉੱਚੀ ਉੱਚੀ ਮਤਲਬ ਇਸ ਤਰੀਕੇ ਦਾ ਡਰਾਮਾ ਕ੍ਰੀਏਟ ਕੀਤਾ ਜਾਂਦਾ ਆਪਾਂ ਬਾਲੀਵੁੱਡ ਕਹਿ ਲੀਏ ਵੀ ਉਹ ਹੁਣ ਇੱਥੇ ਵੀ ਆ ਚੁੱਕਿਆ ਉਹ ਇੱਥੇ ਵੀ ਆ ਚੁੱਕਿਆ ਔਰ ਦੂਸਰੇ ਬੰਨੇ ਜਿਹੜੀ ਆਪਾਂ ਕਹਿ ਲਿਆ ਨਾ ਕਿ ਇਸ ਦੇ ਵਿੱਚ ਜਿਹੜਾ ਵੱਡਾ ਫਰਕ ਹੈਗਾ ਕਿ ਪੜੇ ਲਿਖੇ ਤੇ ਅਨਪੜ੍ਹ ਦਾ ਕੋਈ ਫਰਕ ਆਪਾਂ ਪਿੱਛੇ ਚੱਲ ਜਾਂਦੇ ਹੁੰਦਾ ਹੈ ਸੀਗਾ ਕਿ ਪੜ੍ਹੇ ਲਿਖੇ ਲੋਕ ਹੋਣਗੇ ਸੁਲਝੇ ਲੋਕ ਹੋਣਗੇ ਚੰਗੇ ਤਰੀਕੇ ਦੇ ਨਾਲ ਗੱਲਬਾਤ ਕਰਨਗੇ ਪਰ ਜਦੋਂ ਇੱਕ ਚੈਨਲ ਦੂਜੇ ਚੈਨਲ ਦੇ ਉੱਤੇ ਇਦਾਂ ਦੇ ਲਾਲਚਣ ਲਾਉਂਦਾ ਹੈਗਾ ਹੁਣ ਜਦੋਂ ਚੈਨਲ ਜਾਂ ਰਿਪੋਰਟਰ ਦੂਜਿਆਂ ਚੈਨਲਾਂ ਦੀਆਂ ਟੀਆਰਪੀਆਂ ਨੂੰ ਲੈ ਕੇ ਭਾਰਤ ਦੇ ਵਿੱਚ ਇਦਾਂ ਕਰਦੇ ਆ ਤੇ ਤੁਸੀਂ ਦੇਖੋਗੇ ਇਹਨੂੰ ਆਪਾਂ ਬૌਧਿਕ ਦਿਵਾਲੀਆਪਾਨੀ ਕਵਾਂਗੇ ਮਤਲਬ ਲੋਕਾਂ ਨੇ ਤੇ ਉਤੋਂ ਸਿੱਖਣਾ ਸੀ ਕੁਝ ਪਰ ਲੋਕੀ ਤੇ ਥੋੜਾ ਜਿਹਾ ਹੋਰ ਪਿੱਛੇ ਚਲੇਗੇ ਵੀ ਜੇ ਇਹ ਇਦਾਂ ਦੇ ਲੋਕ ਕੋਟ ਟਾਈ ਪੈਂਟ ਲਾਉਣ ਵਾਲੇ ਲੋਕ ਜੇ ਇਦਾਂ ਦੀਆਂ ਹਰਕਤਾਂ ਕਰਦੇ ਆ ਤੇ ਫਿਰ ਜਿਹੜਾ ਬਾਹ ਫਿਰ ਕੀ ਹਰਕਤਾਂ ਕਰਨੀਆਂ ਹੁਣ ਆਪਾਂ ਜੰਨੇ ਇਹਦੇ ਹੱਲ ਵੱਲ ਹੱਲ ਕੀ ਹੈਗਾ ਹੱਲ ਹੈਗਾ ਕਿ ਲੋਕਾਂ ਨੂੰ ਆਪ ਜਾਗਰੂਕ ਹੋਣਾ ਪਵੇਗਾ ਅੱਛਾ ਲੋਕਾਂ ਨੂੰ ਇਸ ਚੀਜ਼ ਨੂੰ ਜਿਹੜਾ ਹੈ ਨਕਾਰਨਾ ਪਵੇਗਾ ਕਿਉਂਕਿ ਫਿਰ ਦੂਜੇ ਬੰਨੇ ਗੱਲ ਹੀ ਆ ਜਾਂਦੀ ਨਾ ਹੁਣ ਤਾਂ ਚਲੋ ਆਪਾਂ ਨੂੰ ਪਤਾ ਲੱਗ ਗਿਆ ਜਿਵੇਂ ਕਿ ਇਸ ਤਰ੍ਹਾਂ ਟੀਆਰਪੀ ਦਾ ਮਸਲਾ ਹੋਇਆ ਸੀ ਬਿਲਕੁਲ ਇਹੀ ਚੈਨਲ ਦੀ ਜਿਹੜੀ ਟੀਆਰਪੀ ਆ ਟੌਪ ਤੇ ਪਿਛਲੇ ਮੇਰਾ ਖਿਆਲ ਪਿਛਲੇ ਮਹੀਨੇ ਜਿਹੜਾ ਹੈਗਾ ਇਹਨਾਂ ਦੀ ਟੀਆਰਪੀ ਵੀ ਟੌਪ ਤੇ ਰਹੀ ਹੈ ਫਿਰ ਲੋਕਾਂ 'ਚ ਇਹ ਹੁੰਦਾ ਕਿ ਟੀਆਰਪੀ ਟੌਪ ਤੇ ਆਉਂਦੀ ਕਿਦਾਂ ਕਿਉਂਕਿ ਲੋਕ ਜ਼ਿਆਦਾ ਦੇਖਣ ਦੇ ਨੇ अच्छा ਲੋਕਾਂ ਨੂੰ ਨਕਾਰਨਾ ਸ਼ੁਰੂ ਕਰਨਾ ਪਵੇਗਾ ਠੀਕ ਹੈ ਠੀਕ ਹੈ ਕਿਉਂਕਿ ਜੇ ਲੋਕੀ ਨਹੀਂ ਨਕਾਰਨਗੇ ਇੱਥੇ ਉਹੀ ਗੱਲ ਜਿਹੜੀ ਆਪਾਂ ਲੱਚਰ ਗਾਇਕੀ ਵਾਲੇ ਚ ਆ ਜਾਂਦੀ ਹੈਗੀ ਨਾ ਫਿਰ ਉਹਨਾਂ ਦਾ ਐਕਸਕਿਊਜ਼ ਹੋ ਜਾਂਦਾ ਕਿ ਲੋਕਤਾ ਜੀ ਸਾਨੂੰ ਟੌਪ ਤੇ ਲੈ ਕੇ ਜਾਂਦੇ ਅਸੀਂ ਤਾਂ ਇੱਕ ਨੰਬਰ ਇੱਕ ਚੈਨਲ ਆ ਭਾਰਤ ਦਾ ਅਸੀਂ ਧਾਰਮਿਕ ਗੀਤ ਕਰੀਏ ਤੇ ਕੋਈ ਦੇਖਦਾ ਨਹੀਂ ਜੇ ਲੱਚਰ ਕਰੀਏ ਤੇ ਉਹਨੂੰ ਦੇਖਦੇ ਨੇ ਇਹ ਐਕਸਕਿਊਜ਼ ਹੈਗਾ ਉਹਨਾਂ ਦਾ ਇੱਕ ਐਕਸਕਿਊਜ਼ ਇਹੀ ਐਕਸਕਿਊਜ਼ ਆ ਮੀਡੀਆ ਦੇ ਵਿੱਚ ਵੀ ਹੁਣ ਆ ਗਿਆ ਹੁਣ ਜਿਹੜੇ ਤੇ ਸੈਂਸਿਬਲ ਚੈਨਲਸ ਹੈਗੇ ਆ ਉਹ ਇਹ ਟੀਆਰਪੀ ਵਾਲੀ ਰੋਲੇ 'ਚ ਹੈਗੇ ਹੀ ਨਹੀਂ ਆ ਉਹਨਾਂ ਦੇ ਇਵਨ ਕਿ ਪ੍ਰ ਵੀ ਦਾ ਆਪਾਂ ਨਾਲ ਇੰਜ ਕੋਈ ਹਰਜ ਨਹੀਂ ਹੋਣਾ ਚਾਹੀਦਾ ਕਿ ਕਈ ਉਹਨਾਂ ਦੇ ਪ੍ਰੋਗਰਾਮਾਂ ਤੇ ਇਦਾਂ ਕਈ ਵਾਰੀ ਹੋਇਆ ਵਾ ਰਵੀਸ਼ ਕੁਮਾਰ ਖੁਦ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀਆਂ ਧਮਕੀਆਂ ਮਿਲਦੀਆਂ ਨੇ ਚਲੋ ਧਮਕੀਆਂ ਦਾ ਆਪਾਂ ਦੂਜੇ ਪਾਸੇ ਰੱਖ ਲਈਏ ਨਾ ਪ੍ਰੋਗਰਾਮ ਜਾਣ ਹੀ ਨਹੀਂ ਦੇਣਾ ਹੂੰ ਇਹ ਦੇਖੋ ਕਿਦਾਂ ਫਿਰ ਕੀ ਆ ਕਿ ਕੱਲਾ ਈ ਟੀ ਆਰ ਪੀ ਦਾ ਹੀ ਹਮਲਾ ਰੌਲਾ ਨਹੀਂ ਹੈਗਾ ਇਸ ਦੇ ਵਿੱਚ ਅੱਗੇ ਹੋਰ ਹੁੰਦਾ ਕਿ ਜਦੋਂ ਜਿਹੜੇ ਕੇਬਲ ਚੈਨਲਸ ਹੈਗੇ ਆ ਉਹਨਾਂ ਵੱਲੋਂ ਕੀ ਹੁੰਦਾ ਕਿ ਸਾਊਂਡ ਖਰਾਬ ਕਰ ਦਿੱਤੀ ਜਾਂਦੀ ਆ ਖਾਸ ਕਰਕੇ ਖਾਸ ਕਿਸੇ ਪ੍ਰੋਗਰਾਮ ਦੀ ਹੁਣ ਜੇ ਸਾਊਂਡ ਖਰਾਬ ਹੋਵੇ ਤੇ ਬੰਦਾ 2-2 ਮਿੰਟ ਯਾਰ ਚੈਨਲ ਚੇਂਜ ਕਰ ਲੈਂਦਾ ਹਮ ਹਮ ਕੱਲਾ ਟੀਆਰਪੀ ਦਾ ਰੌਲਾ ਨਹੀਂ ਇੱਕ ਤੇ ਟੀਆਰਪੀ ਦਾ ਰੌਲਾ ਹੋ ਗਿਆ ਨਾ ਕਿ ਮੈਨੂੰ ਜ਼ਿਆਦਾ ਦੇਖੋ ਹਮ ਪਰ ਦੂਜੇ ਬੰਨੇ ਜਿਹੜਾ ਰੌਲਾ ਹੈਗਾ ਕਿ ਦੂਜੇ ਨੂੰ ਵੀ ਨਾ ਦੇਖੋ ਨਾ ਦੇਖੋ ਇਹ ਇਹ ਸਾਰਾ ਚੀਜ਼ ਹੈਗਾ ਔਰ ਇਹ ਲੋਕਾਂ ਨੂੰ ਆਪ ਇੱਥੇ ਸਮਝ ਨਾ ਪਵੇਗਾ ਕਿਉਂਕਿ ਇੱਥੇ ਜਦੋਂ ਆਪਾਂ ਦੇਖਦੇ ਹੈਗੇ ਨਾ ਮੀਡੀਆ ਦੇ ਬਾਕੀ ਦੇ ਜਿਹੜੇ ਅਲਟਰਨੇਟਿਵ ਹੈਗੇ ਉੱਥੇ ਭਾਰਤ ਦਾ ਜਿਹੜਾ ਪੜਿਆ ਲਿਖਿਆ ਵਰਗਾ ਉਹ ਵੀ ਇਸ ਚੀਜ਼ ਤੋਂ ਕਾਫੀ ਜ਼ਿਆਦਾ ਦੁਖੀ ਹੈਗਾ ਔਰ ਇਸ ਚੀਜ਼ ਤੋਂ ਚਿੰਤਤ ਹੈਗਾ ਕਿ ਕਿਹੜੇ ਬੰਦੇ ਨੂੰ ਅਸੀਂ ਜਾ ਰਹੇ ਹਾਂ ਕਿਤਨਾਂ ਨੂੰ ਜਾ ਰਹੇ ਹਾਂ ਔਰ ਦੂਸਰੇ ਬੰਦੇ ਦੇਖੋ ਕਿ ਇਦਾਂ ਫਿਰ ਕਮਿਊਨਿਟੀਜ਼ ਦੇ ਵਿੱਚ ਤੁਸੀਂ ਜੇ ਇੰਨਾ ਜ਼ਿਆਦਾ ਦੁਫਾੜ ਕਰ ਦੋਗੇ ਤੇ ਨਾਲ ਤੇ ਦੰਗੇ ਲੱਗਣ ਵਾਲੀ ਸਿਚੁਏਸ਼ਨ ਜਿਹੜੀ ਉਹ ਪੈਦਾ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਕੋਈ ਦੋਹਰਾ ਹੀ ਨਹੀਂ ਇਹ ਵਾਇਰਲਸ ਹੁੰਦੀਆਂ ਸੋ ਉਹਦੇ ਵਿੱਚ ਮੀਡੀਆ ਦਾ ਬੜਾ ਵੱਡਾ ਯੋਗਦਾਨ ਹੁੰਦਾ ਜੋ ਘਰ ਤੋਂ ਦੇਖ ਕੇ ਅਸੀਂ ਉੱਠਦੇ ਆ ਉਹੀ ਅਸੀਂ ਬੋਲਦੇ ਆ ਅੱਜ ਸੋਸ਼ਲ ਮੀਡੀਆ ਤੇ ਬੜਾ ਵੱਡਾ ਪ੍ਰਭਾਵ ਹੈ ਕਿਉਂਕਿ ਇਹ ਜਿਹੜੇ ਚੈਨਲਸ ਨੇ ਅੱਜ ਸੋਸ਼ਲ ਮੀਡੀਆ ਤੇ ਵੀ ਆ ਚੁੱਕੇ ਨਾ ਕਿ ਘਰਾਂ ਦੇ ਟੀਵੀਆਂ ਦੇ ਉੱਤੇ ਰਹਿ ਗਏ ਸੋ ਉਹਦੇ ਨਾਲ ਵਾਇਲੈਂਸ ਜਿਹੜੀ ਵੱਧਦੀ ਹੈ ਇਹ ਸਾਨੂੰ ਚਾਹੇ ਭਾਰਤ ਦੇ ਵਿੱਚ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਸਿਆਣੇ ਹੋਣਾ ਪਊਗਾ ਤੇ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਪੰਜਾਬੀ ਵਸਣ ਵਾਲੇ ਨੇ ਕਿ ਕਿਹੋ ਜਿਹੇ ਚੈਨਲਸ ਤੁਸੀਂ ਦੇਖ ਰਹੇ ਆ ਇਹ ਨਹੀਂ ਕਿ 2.5 ਘੰਟੇ ਤੁਸੀਂ ਖੜ ਕੇ ਕੋਈ ਬੋਲ ਰਿਹਾ ਉੱਚੀ ਉੱਚ ਉਹ ਬੰਦਾ ਜਿਹੜਾ 5 ਮਿੰਟ ਦੇ ਵਿੱਚ ਸਾਰੇ ਤੱਥ ਕੱਢ ਕੇ ਰੱਖ ਦਿੰਦਾ ਕਈ ਵਾਰ ਕਹਿੰਨੇ ਆ ਕਿ ਠੰਡਾ ਬੋਲਦਾ ਜਾਂ ਇਹਦੇ ਵਿੱਚ ਉਹ ਗੱਲ ਨਹੀਂ ਜਿਹੜੀ ਫਲਾਨੇ ਭਾਉ ਚ ਹੈ ਸੋ ਇਹ ਚੀਜ਼ਾਂ ਨੂੰ ਆਪਾਂ ਨੂੰ ਦੇਖਣਾ ਪਊਗਾ ਚਾਹੇ ਕਿਤੇ ਵੀ ਤੁਸੀਂ ਦੁਨੀਆ 'ਚ ਰਹੇ ਨੇ ਉਹ ਸਿਆਣੇ ਖੁਦ ਬੰਨਣਾ ਪਏਗਾ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕੀਤੀ ਹੋਈ ਜਿਹੜੀ ਹੈ ਉਹੀ ਕਿਸੇ ਬੰਨੇ ਲੱਗਦੀ ਹੈ